ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਦੋਸਤੋ ਪਹੁੰਚੇ ਹੋਏ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਈ ਨਾਲਾ ਵਿਖੇ ਗੱਲ ਕਰਾਂਗੇ ਪੇਪਰਾਂ ਦੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਹੁਦਦਾਂ ਜਾਰੀ ਕੀਤੀਆਂ ਗਈਆਂ ਜਿਸ ਤੋਂ ਬਾਅਦ ਜਿਹੜਾ ਸਕੂਲ ਕਾਫੀ ਸਮਾਂ ਬੰਦ ਰਿਹਾ ਜਿਸ ਤੋਂ ਬਾਅਦ ਜਦੋਂ ਕੋਰੋਨਾ ਕਾਲ ਦੇ ਘਟਣ ਦੇ ਬਾਅਦ ਥੋੜਾ ਫਰਕ ਪੈਣ ਦੇ ਬਾਅਦ ਜਿਹੜੇ ਸਕੂਲ ਖੋਲ ਦਿੱਤੇ ਗਏ ਸਨ ਅੱਜ ਜਿਹੜੀਆਂ कोरोना काल ਤੋਂ ਬਾਅਦ ਜਿਹੜੀਆਂ ਪਹਿਲੀ ਵਾਰੀ ਸਲਾਨਾ ਪ੍ਰੀਖਿਆਵਾਂ ਜਿਹੜੀਆਂ ਨਾਨ ਬੋਰਡ ਕਲਾਸਾਂ ਦੀਆਂ ਸਲਾਨਾ ਪ੍ਰੀਖਿਆਵਾਂ ਹੁਣ ਜਾਰੀਆਂ ਆ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਵਿਖਾਉਣੀ ਆ ਕਿ ਇੱਥੇ ਕਿਵੇਂ ਦੇ ਪ੍ਰਬੰਧ ਕੀਤੇ ਗਏ ਹਨ ਜੋ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਸੰਸਾਰ ਜਿਹੜਾ ਉਹਨਾਂ ਹਦਾਇਤਾਂ ਦੇ ਮੱਦੇ ਨਜ਼ਰ ਇੱਥੇ ਇਸ ਸਕੂਲ ਦੀ ਗੱਲ ਕਰੀਏ ਤਾਂ ਅਧਿਆਪਕਾਂ ਵੱਲੋਂ ਸਕੂਲ ਪ੍ਰਬੰਧਕਾਂ ਵੱਲੋਂ ਉਚਿਤੇ ਪ੍ਰਬੰਧ ਕੀਤੇ ਗਏ ਹਨ ਬੱਚਿਆਂ ਦੇ ਜਿਹੜਾ ਸਮਾਜਿਕ ਦੂਰੀ ਨੂੰ ਜਿਹੜਾ ਬਹਾਰ ਰੱਖਣ ਵਾਸਤੇ ਜਿਹੜਾ ਇੱਕ ਇੱਕ ਬੈਂਚ ਤੇ ਦੂਰੀ ਤੇ ਜਿਹੜੇ ਬੱਚੇ ਬੈਠੇ ਹਨ ਹਰੇਕ ਬੱਚੇ ਦੇ ਜਿਹੜੇ ਮੂੰਹ ਤੇ ਆ ਮਾਸਕ ਪਹਿਨਾ ਹੋਇਆ ਹੈ ਤਾਂ ਜੋ ਜਿਹੜਾ ਕਰੋਨਾ ਤੋਂ ਜਿਹੜਾ ਬਚਾਅ ਹੋ ਸਕੇ ਜੋ ਜਾਣਕਾਰੀ ਮਿਲੀ ਹੈ ਕਿ ਜਿਹੜਾ ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਕਲਾਸਾਂ ਦੀਆਂ ਪਹਿਲੀ ਦੂਸਰੀ ਤੀਸਰੀ ਚੌਥੀ 6ਵੀਂ 7ਵੀਂ 9ਵੀਂ ਤੇ 11ਵੀਂ ਜਮਾਤ ਦੀਆਂ ਜਿਹੜੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ ਇੱਥੇ ਸਾਡੇ ਨਾਲ ਸਕੂਲ ਦੇ ਅਧਿਆਪਕ ਵੀ ਮੌਜੂਦ ਹੈ ਸੀ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਕੀ ਕੀ ਹਦਾਇਤਾਂ ਜਿਹੜੀਆਂ ਸਿੱਖਿਆ ਵਿਭਾਗ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਹਾਂ ਜੀ ਸਰ ਤੁਹਾਡਾ ਅਜੀਤੇ ਸਵਾਗਤ ਆ ਅੱਜ ਕਰੋਨਾ ਤੋਂ ਬਾਅਦ ਪਹਿਲੀ ਵਾਰ ਜਿਹੜੀਆਂ ਸਲਾਨਾ ਪ੍ਰੀਖਿਆਵਾਂ ਆ ਜਿਹੜੀਆਂ ਫਾਈਨਲ ਪੇਪਰ ਜਿਹੜਾ ਨੂੰ ਆਪਾਂ ਕਹਿ ਸਕਦੇ ਹਾਂ ਜੋ ਹੋ ਰਿਹਾ ਕਿਵੇਂ ਦੇ ਪ੍ਰਬੰਧ ਕੀਤੇ ਗਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਤਰ੍ਹਾਂ ਬੱਚਿਆਂ ਦੇ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖੀ ਗਈ ਇੱਕ ਟੇਬਲ ਤੇ ਇੱਕ ਬੱਚਾ ਹੀ ਬਹ ਲੈ ਗਿਆ ਅੱਜ ਨਾਨ ਬੋਰਡ ਕਲਾਸਾਂ ਦੇ ਪੇਪਰ ਸ਼ੁਰੂ ਹੋਏ ਨੇ ਜਿ ਤਰ੍ਹਾਂ 6ਵੀਂ 7ਵੀਂ 9ਵੀਂ ਤੇ ਪਲੱਸ 1 6ਵੀਂ ਤੇ 11ਵੀਂ ਦੇ ਪੇਪਰ ਜਿਹੜੇ ਆ 9 ਤੋਂ 12 ਵਜੇ ਤੱਕ ਰਿਆ 20 ਮਿੰਟ ਦੀ ਰੈਸਟ ਤੋਂ ਬਾਅਦ ਫਿਰ 12:20 ਤੋਂ 3:20 ਤੱਕ ਰ ਫਿਰ 7ਵੀਂ ਤੇ 9ਵੀਂ ਦੇ ਪੇਪਰ ਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋ ਪੂਰੀ ਪਾਲਣਾ ਕਰ ਰਿਹਾ ਅਸੀਂ ਸਕੂਲ ਵਾਲੇ ਕਰ ਰਹੇ ਨੇ ਇਹਨਾਂ ਨੂੰ ਇੱਕ ਇੱਕ ਬੱਚਾ ਨੂੰ ਇੱਕ ਇੱਕ ਬੈਂਚ ਤੇ ਬਹਾਲਿਆ ਮਾਸਕ ਦੇ ਪ੍ਰੋਵਾਈਡ ਕੀਤੇ ਜਿਨ੍ਹਾਂ ਕੋਲ ਨਹੀਂ ਹੈਗੇ ਸੈਨੇਟਾਈਜ਼ਰ ਇਹਨਾਂ ਨੂੰ ਪ੍ਰੋਵਾਈਡ ਕੀਤਾ ਇੱਥੇ ਆਪਣੇ ਹੱਥ ਸੈਨੇਟਾਈਜ਼ ਕਰਕੇ ਸਾਰਿਆਂ ਨੇ ਫਿਰ ਪੇਪਰ ਦੇ ਰਹੇ ਨੇ ਤੇ ਅਸੀਂ ਅਧਿਆਤਮ ਮੁਤਾਬਕ ਪੂਰੇ ਪੂਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਜਿਹੜੀਆਂ ਬੱਚਿਆਂ ਦੇ ਮਤਲਬ ਛੁੱਟੀਆਂ ਕਰ ਦਿੱਤੀਆਂ ਗਈਆਂ ਜਿਹੜੇ ਪੇਪਰ ਨੇ ਘਰਾਂ ਵਿੱਚ ਤਿਆਰੀ ਕੀਤੀ ਜਾ ਰਹੀ ਆ ਕਿਵੇਂ ਦਾ ਲੱਗਦਾ ਕਿਉਂਕਿ ਸਕੂਲ ਦੇ ਵਿੱਚ ਜਿਵੇਂ ਹੁਣ ਪੇਪਰਾਂ ਦੇ ਦੇਣੇ ਤੇ ਤੁਹਾਡੇ ਤੋਂ ਬੱਚੇ ਦੂਰ ਹੋ ਕੇ ਕਿਵੇਂ ਦੀ ਤਿਆਰੀ ਕਰ ਪਾ ਰਹੇ ਆ ਨੇ ਹੋਣਾ ਤੇ ਥੋੜੇ ਮੁਸ਼ਕਿਲ ਤੇ ਆਉਂਦੀ ਆ ਬੱਚਿਆਂ ਨੂੰ ਇਹ ਸਾਨੂੰ ਟੀਚਰਾਂ ਨੂੰ ਵੀ ਮੁਸ਼ਕਲ ਆਉਂਦੀ ਆ ਪਰ ਜਿਹੋ ਜਿਹਾ ਹੁਣ ਮਾਹੌਲ ਚੱਲਣ ਡਿਆ ਕਰੋਨਾ ਫੇਰ ਜ਼ੋਰ ਫੜਨ ਡਿਆ ਉਹਦੇ ਮੁਤਾਬਕ ਜਿਹੜਾ ਵਾ ਹੁਣ ਜਿੰਨਾ ਸਰਕਾਰ ਨੇ ਸਾਨੂੰ ਹਦਾਇਤਾਂ ਦਿੱਤੀਆਂ ਨੇ ਸਾਨੂੰ ਪ੍ਰਕਾਸ਼ਨ ਤੇ ਵਰਤਣੇ ਪੈਣੇ ਆ ਇਸ ਕਰਕੇ ਬੱਚਿਆਂ ਨੂੰ ਅਸੀਂ ਪਹਿਲਾਂ ਹੀ ਕਿਹਾ ਵੀ ਤੁਸੀਂ ਫੋਨ ਤੇ ਸਾਡੇ ਨਾਲ ਕੰਟੈਕਟ ਰੱਖੋ ਜੇ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਆ ਤੁਸੀਂ ਥੋੜੇ ਜੇ ਬੱਚੇ ਜਿੰਨੇ ਕਉਂਦੇ ਵਾਰੋਵਾਰੀ ਥੋੜੇ ਦਿਨ ਛੱਡ ਕੇ ਥੋੜੇ ਆ ਜਾਓ ਤੇ ਸਾਡੇ ਨਾਲ ਤੁਸੀਂ ਪੁੱਛ ਕੇ ਤੁਹਾਨੂੰ ਪੁੱਛ ਸਕਦੇ ਹੋ ਕਿੱਥੋਂ ਮੁਸ਼ਕਲ ਆਉਂਦੀ ਐ ਅਸੀਂ ਤੁਹਾਨੂੰ ਸਾਰਾ ਗਾਈਡ ਕਰਾਂਗੇ ਤੇ ਇਹ ਵਧੀਆ ਵਾ ਵੀ ਘਰ ਐ ਕਿ ਬੱਚੇ ਤਿਆਰੀ ਕਰਨਗੇ ਪੇਪਰਾਂ ਦੀ ਤੇ ਥੋੜੀ ਜਗ੍ਹਾ ਦੀ ਹੁੰਦੀ ਆ ਵੀ ਜਿਸ ਤਰ੍ਹਾਂ ਸਰਕਾਰ ਕਹਿੰਦੀ ਵੀ ਡਿਸਟੈਂਸ ਰੱਖੋ ਫਿਰ ਇਸ ਕਰਕੇ ਜਗ੍ਹਾ ਜ਼ਿਆਦਾ ਦੀ ਜ਼ਰੂਰਤ ਪੈਂਦੀ ਆ ਤੇ ਉਹਦੇ ਕਰਕੇ ਫਿਰ ਸਾਨੂੰ ਵਧੀਆ ਵਾ ਵੀ ਇਹ ਪਹਿਲਾਂ ਪਲੱਸ 1 ਦੇ 9ਵੀਂ ਦੇ ਨਾਨ ਬੋਰਡ ਕਲਾਸਾਂ ਦੇ ਪੇਪਰ ਹੋ ਜਾਣਗੇ ਤੇ 10ਵੀਂ ਤੇ +2 ਵਾਸਤੇ ਜਗ੍ਹਾ ਜਿਹੜੀ ਕਾਫੀ ਹੋ ਜਾਏਗੀ ਤੇ ਫਿਰ ਉਹ ਵੀ ਸਰਕਾਰ ਦੀਆਂ ਹਦਾਬੰਦੀਆਂ ਮੁਤਾਬਕ ਸੋਰਾ ਡਿਸਟੈਂਸ ਰਾਕੇ ਪੇਪਰ ਸੋਰੇ ਆ ਪੂਰੇ ਹੋਣਗੇ ਜੀ ਜਿਵੇਂ ਤੁਸੀਂ ਜਗ੍ਹਾ ਦੀ ਗੱਲ ਕੀਤੀ ਜਿਵੇਂ ਹੁਣ ਦੇਖ ਰਹੇ ਆ ਕਿ ਬੱਚੇ ਇੱਕ ਦੂਰੀ ਤੇ ਬੈਠੇ ਆ ਜੇ ਇੱਕ ਕਮਰੇ ਦੇ ਵਿੱਚ ਬੱਚੇ ਸਾਰੇ ਪੂਰੇ ਨਹੀਂ ਹੁੰਦੇ ਇਕ ਜਮਾਤ ਦੇ ਦੂਸਰੇ ਬੱਚਿਆਂ ਵਾਸਤੇ ਬੈਠਣ ਦਾ ਕਿਵੇਂ ਦਾ ਪ੍ਰਬੰਧ ਹੈ ਉਹ ਫਿਰ ਜਿੱਤਰਾ ਨਾ ਬੋਰਡ ਦੀਆਂ ਕਲਾਸਾਂ ਦੇ ਪੇਪਰ ਹੋਣਗੇ ਉਹ ਤੇ ਫਿਰ ਇੱਕ ਕਮਰੇ 'ਚ 20 ਬੱਚੇ ਹੀ ਭਾਲਾਂਗੇ ਉਹ ਫਿਰ ਸਾਰਾ ਫਰਨੀਚਰ ਦਾ ਪ੍ਰਬੰਧ ਕਮਰਿਆਂ ਦਾ ਪ੍ਰਬੰਧ ਸਾਨੂੰ ਜਿਹੜਾ ਅਰੇਂਜ ਕਰਨਾ ਪਊਗਾ ਇਸ ਵਾਸਤੇ ਥੋੜੀ ਸਾਨੂੰ ਤੇ ਉਹ ਅਰੇਂਜ ਤੇ ਸਾਨੂੰ ਕਰਨਾ ਕਿਉਂਕਿ ਬੱਚਿਆਂ ਨੂੰ ਫਿਰ ਬੋਰਡ ਦੀਆਂ ਕਲਾਸਾਂ ਦੇ ਪੇਪਰ ਜਦੋਂ 20 ਬੱਚੇ ਇੱਕ ਕਲਾਸ 'ਚ ਬਹਿਣੇ ਆ 20 ਤੋਂ ਵੱਧ ਅਸੀਂ ਭਾਵਾਵਾਂਗੇ ਤੇ ਫਿਰ ਥੋੜੀ ਰਸ਼ ਜਾ ਪਏਗਾ ਤੇ ਉਹ ਹਦ ਤਮ ਤੱਕ ਫਿਰ ਸਾਡੀ ਡਿਸਟੈਂਸ ਨਹੀਂ ਰਹਿੰਦਾ ਅੱਜ ਪੇਪਰ ਸ਼ੁਰੂ ਹੋਏ ਆ ਅੱਜ ਜਿਵੇਂ ਇੱਕ ਕਲਾਸ ਦੇ ਵਿੱਚ ਬੱਚੇ ਪੂਰੇ ਨਹੀਂ ਆਏ ਉਹਨਾਂ ਵਾਸਤੇ ਕੀ ਪ੍ਰਬੰਧ ਵੱਖਰੇ ਪ੍ਰਬੰਧ ਬਾਹਰ ਬਿਠਾਇਆ ਗਿਆ ਜਾਂ ਕੋਈ ਟਾਰਟ ਵਗੈਰਾ ਲਗਾ ਕਿਵੇਂ ਦਾ ਪ੍ਰਬੰਧ ਜਿਹੜੇ 20 ਤੋਂ ਵੱਧ ਬੱਚੇ ਨੇ ਜਾਂ ਛੋੜੇ ਕਮਰੇ ਛੋਟੇ ਨੇ ਉਹਨਾਂ ਜੋ ਗਿਣਤੀ ਤੋਂ ਜਿਹੜੇ ਵਾਜ ਜਾਂਦੇ ਨੇ ਬੱਚੇ ਉਹ ਫਿਰ ਅਹੀਂ ਬਾਹਰ ਪ੍ਰਬੰਧ ਕੀਤਾ ਉਹਨਾਂ ਨੂੰ ਵਰਾਂਡਿਆਂ ਦੇ ਵਿੱਚ ਜਾਂ ਹੋਰ ਹਾਲ ਦੇ ਵਿੱਚ ਉਹਨਾਂ ਨੂੰ ਉੱਥੇ ਲਾਈਨ ਅਪ ਬਣਾ ਕੇ ਟਾਟਾਂ ਦੇ ਟਾਟ ਦੇ ਕੇ ਥੱਲੇ ਉਹਨਾਂ ਨੂੰ ਭਾਰੇ ਭਾਲਿਆ ਹੋਇਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਾਲ ਮਾਰਚ 20 ਤਰੀਕ ਤੋਂ ਬਾਅਦ ਜਿਹੜਾ ਲਾਕਡਾਊਨ ਸ਼ੁਰੂ ਹੋ ਗਿਆ ਸੀ ਉਦੋਂ ਵੀ ਪੇਪਰ ਚੱਲ ਰਹੇ ਸੀ ਉਤੋਂ ਬਾਅਦ ਆਨਲਾਈਨ ਸਟੱਡੀ ਵੀ ਹੋਈ ਆ ਕਿੰਨਾ ਕੁ ਫਰਕ ਤੁਸੀਂ ਦੇਖਦੇ ਜੋ ਆਨਲਾਈਨ ਤੇ ਆਫਲਾਈਨ ਸਟੱਡੀ ਤੇ ਪੇਪਰਾਂ ਦੇ ਵਿੱਚ ਜਿਹੜੀ ਆਨਲਾਈਨ ਸਟੱਡੀ ਆ ਚਲੋ ਸਮੇਂ ਦੀ ਮੰਗ ਸੀਗੀ ਸਾਨੂੰ ਕਰਨੀ ਪੈਣੀ ਸੀ ਪਰ ਜੋ ਬੱਚਿਆਂ ਨਾਲ ਸਦਾ ਸਿੱਧਾ ਕੰਟੈਕਟ ਹੁੰਦਾ ਨਾ ਉਹ ਉਹ ਅਸੀਂ ਸਹੀ ਤਰੀਕੇ ਨਾਲ ਬੱਚੇ ਨੂੰ ਗਾਈਡ ਕਰ ਸਕਦੇ ਹਾਂ ਸਹੀ ਤਰੀਕੇ ਨਾਲ ਬੱਚੇ ਨੂੰ ਪੜ੍ਹਾ ਸਕਦੇ ਹਾਂ ਆਨਲਾਈਨ 'ਚ ਸਾਨੂੰ ਥੋੜੀਆਂ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਚਲੋ ਇਹ ਆ ਕਿ ਇਸ ਤਰ੍ਹਾਂ ਦਾ ਮੌਲ ਟੱਲਣ ਦੇ ਆਫੀ ਕਰੋਨਾ ਕਰਕੇ ਸਾਨੂੰ ਇਹ ਕੁਝ ਕਰਨਾ ਪਿਆ ਮਜਬੂਰੀ ਬਸ ਪਰ ਜੋ ਅਸੀਂ ਸਿੱਧੀ ਪੜ੍ਹਾਈ ਬੱਚਿਆਂ ਨਾਲ ਸਾਡਾ ਸਿੱਧਾ ਕੰਟੈਕਟ ਹੁੰਦਾ ਜਦੋਂ ਉਦੋਂ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਨੂੰ ਸਮਝਾ ਸਕਦੇ ਹਾਂ ਆਨਲਾਈਨ ਤੇ ਆਫਲਾਈਨ ਦੇ ਵਿੱਚ ਕੋਈ ਰਿਜ਼ਲਟ ਦਾ ਵੀ ਫਰਕ ਪੈਂਦਾ ਜਿਵੇਂ ਕਿ ਆਨਲਾਈਨ ਹੁਣ ਮੰਨ ਲਓ ਆਫਲਾਈਨ ਤਾਂ ਤੁਸੀਂ ਅੱਜ ਜਿਵੇਂ ਪੇਪਰ ਲੈ ਰਹੇ ਹੋ ਤੁਹਾਡੇ ਸਾਹਮਣੇ ਅੱਖਾਂ ਦੇ ਪੇਪਰ ਹੋ ਰਹੇ ਜਦੋਂ ਆਨਲਾਈਨ ਬੱਚੇ ਪੇਪਰ ਦਿੰਦੇ ਨਕਲ ਵੀ ਮਾਰ ਸਕਦੇ ਆ ਕਿਉਂਕਿ ਆਪਾਂ ਘੜਾ ਕਿਤੇ ਸਾਹਮਣੇ ਦੇਖਦੇ ਕੋਈ ਇਸ ਵਾਰ ਲੱਗਦਾ ਕਿ ਰਿਜ਼ਲਟ ਦੇ ਫਰਕ ਪੈਣ ਦੀ ਸੰਭਾਵਨਾ ਹੈ ਵਕ ਵਕਤਰਾਂ ਦੇ ਇਹਨਾਂ ਨੇ ਕੁਇਜ਼ ਕਰਾਏ ਗਏ ਨੇ ਪੇਪਰ ਆਏ ਨੇ ਵਕ ਵਕਤਰਾਂ ਦੇ ਕਰਾਏ ਨੇ ਨਕਲ ਵਾਲਾ ਤੇ ਚਲੋ ਰੁਝਾਨ ਨਹੀਂ ਹੈਗਾ ਇੱਥੇ ਆਫਲਾਈਨ ਵੀ ਤੁਹਾਡੇ ਸਾਹਮਣੇ ਬੱਚੇ ਪੇਪਰ ਦੇ ਰਹੇ ਆ ਤੇ ਆਨਲਾਈਨ ਵੀ ਬੱਚਿਆਂ ਦੇ ਜਿਹੜੇ ਉਹ ਲਿੰਕ ਆਉਂਦਾ ਸੀ ਉਹ ਲਿੰਕ ਤੇ ਉਹਨਾਂ ਨੂੰ ਟਾਈਮ ਮਿਲਦਾ ਸੀ ਵੀ ਇੰਨੇ ਚਿਰ ਤੁਸੀਂ ਪੇਪਰ ਸੋਲਵ ਕਰਕੇ ਦੇ ਭੇਜਣਾ ਹਾਂਜੀ ਰਿਜ਼ਲਟ ਤੇ ਤੇ ਕੋਈ ਫਰਕ ਨਹੀਂ ਪਊਗਾ ਮੈਨੂੰ ਲੱਗਦਾ ਵੀ ਬੱਚਿਆਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਟੀਚਰਾਂ ਨੇ ਵੀ ਰਿਜ਼ਲਟ ਵਧੀਆ ਹੀ ਹੋਣਗੇ ਬੋਰਡ ਦੇ ਜੀ ਧੰਨਵਾਦ ਜੀ ਅਸੀਂ ਇੱਥੇ ਕੁਝ ਬੱਚੇ ਜਿਹੜੇ ਪੇਪਰ ਦੇਣ ਪਹੁੰਚੇ ਹੋਇਆ ਵੱਖ-ਵੱਖ ਕਲਾਸਾਂ ਜਿਵੇਂ ਦੇਖ ਲੈ ਸਰਕਾਰੀ ਸਕੂਲਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਈਆਂ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰੇ ਅੱਜ ਤੁਸੀਂ ਆਫਲਾਈਨ ਪੇਪਰ ਦੇ ਰਹੇ ਜੋ ਪਹਿਲੀ ਵਾਰੀ ਕਿਉਂਕਿ ਪਹਿਲਾਂ ਔਨਲਾਈਨ ਕਲਾਸਾਂ ਲੱਗਦੀਆਂ ਸੀ ਉਸ ਤੋਂ ਬਾਅਦ ਸਰਕਾਰ ਨੇ ਸਕੂਲ ਖੋਲ ਦਿੱਤੇ ਤੇ ਆਫਲਾਈਨ ਪੇਪਰ ਭਾਵੇਂ ਤੁਹਾਡੇ ਪਹਿਲਾਂ ਹੋਏ ਸੀ ਘਰੇਲੂ ਪਰ ਅੱਜ ਫਾਈਨਲ ਪ ਤੇ ਇਹੋ ਪੱਤਰ ਤੁਸੀਂ ਆਨਲਾਈਨ ਪੇਪਰ ਵੀ ਦਿੱਤੇ ਹੋਣਗੇ ਕੀ ਫਰਕ ਹੈ ਆਫਲਾਈਨ ਤੇ ਆਉਣ ਦੇ ਵਿੱਚ ਆਨਲਾਈਨ ਦੇ ਵਿੱਚ ਜੋ ਆਫਲਾਈਨ ਸਮਝਣੇ ਲੱਗਦੇ ਕੋ ਤੇ ਸਰ ਕੋ ਆਪਾਂ ਪੁੱਛ ਵੀ ਲੈਣੇ ਸਰ ਨਾਲ ਤੇ ਹੋਰ ਵਿਦਿਆਰਥੀ ਮੌਜੂਦ ਆ ਅੱਜ ਵੀਰੇ ਅੱਜ ਤੁਸੀਂ ਆਫਲਾਈਨ ਪੇਪਰ ਦੇਣ ਰਹੇ ਹੋ ਫਾਈਨਲ ਪ੍ਰੀਪਰ ਤੁਹਾਡੇ ਹੋ ਰਹੇ ਆ ਪਹਿਲਾਂ ਤੁਸੀਂ ਆਨਲਾਈਨ ਪੇਪਰ ਵੀ ਦਿੱਤੇ ਹੋਣਗੇ ਕੀ ਤੁਹਾਨੂੰ ਫਰਕ ਲੱਗਦਾ ਦੋਨਾਂ ਦੇ ਵਿੱਚ ਸਰ ਆਫਲਾਈਨ ਇਹ ਆ ਵੀ ਬਲੋ ਵੀ ਜੇ ਕੋਈ ਪ੍ਰੋਬਲਮ ਆਏ ਆਪਾਂ ਟੀਚਰ ਨੂੰ ਬੋਲ ਸਕੀਦਾ ਤੇ ਆਨਲਾਈਨ ਤੇ ਨਹੀਂ ਪੁੱਛ ਸਕੀ ਜਿਵੇਂ ਕਿ ਆਨਲਾਈਨ ਪੇਪਰ ਹੁੰਦੇ ਹੀ ਨਕਲ ਦੇ ਚਾਂਸ ਵੀ ਹੁੰਦੇ ਸੀ ਕਿਉਂਕਿ ਇੱਥੇ ਦੇ ਅਮਲ ਸਾਹਮਣੇ ਤੁਸੀਂ ਇੱਕ ਦੂਜੇ ਨੂੰ ਦੇਖ ਨਹੀਂ ਸਕਦੇ ਪਰ ਜਦੋਂ ਕਈ ਬੱਚੇ ਜ਼ਿਆਦਾ ਪੜਨ ਵਾਲੇ ਹੁੰਦੇ ਆ ਤੇ ਉਹਨਾਂ ਦੇ ਨੰਬਰ ਘੱਟ ਰਹ ਜਾਂਦੇ ਆ ਜਿਹੜੇ ਘੱਟ ਪੜਦੇ ਆ ਉਹ ਨਕਲ ਵੀ ਮਾਰ ਸਕਦੇ ਆ ਕੀ ਲੱਗਦਾ ਵੀ ਫਰਕ ਪਾਊਗਾ ਇਸ ਵਾਲਾ ਰਿਜ਼ਲਟ ਦਾ ਨਹੀਂ ਸਰ ਹੁਣ ਤੇ ਆਫਲਾਈਨ ਹੈ ਹੁਣ ਤੇ ਠੀਕ ਰਿਜ਼ਲਟ ਆਊਗਾ ਬੱਚਿਆਂ ਨੂੰ ਮੈਂਤ ਕੀਤੀ ਆ ਟੀਚਰਾਂ ਨੇ ਬਹੁਤ ਮਿਹਨਤ ਕਰਾਈ ਆ ਸਰ ਟੀਚਰ ਵੀ ਆਨਲਾਈਨ ਬਹੁਤ ਸਾਰਾ ਲਿੰਕ ਭੇਜਦੇ ਰਹੇ ਆ ਪੜਾਈ ਕਰਾਉਂਦੇ ਰਹੇ ਆ ਤਾਨੂੰ ਲੱਗਦਾ ਨਹੀਂ ਕਿ ਜਿਹੜਾ ਕਈ ਬੱਚੇ ਦੇ ਨਲਾਇਕ ਹੁੰਦੇ ਆ ਮੰਨ ਲਓ ਤੁਸੀਂ ਨਲਾਇਕ ਹੈ ਕੋਈ ਬੱਚਾ ਤੇ ਉਹ ਜਦੋਂ ਘਰ ਬੈ ਕੇ ਮੋਬਾਈਲ ਤੇ ਪੇਪਰ ਦਊਗਾ ਤੇ ਉਹ ਨਕਲ ਵੀ ਮਾਰ ਸਕਦਾ ਹਾਂਜੀ ਸਰ ਲੱਗਦਾ ਆ ਹਾਂ ਸਰ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਈ ਨਾਲਾ ਜਿੱਥੇ ਗੱਜ ਪੇਪਰ ਸ਼ੁਰੂ ਹੋ ਗਏ ਸਾਲਾਨਾ ਪ੍ਰੀਖਿਆਵਾਂ ਜਿਹੜੀਆਂ ਬੋਰਡ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਜੋ ਵੀ ਦਿਸ਼ਾ ਨਿਰਦੇਸ਼ ਆ ਉਸ ਅਨਸਾਰ ਜਿਹੜੇ ਪੇਪਰ ਕਰਵਾਏ ਜਾ ਰਿਹਾ ਹੈ ਸਮਾਜਿਕ ਦੂਰੀ ਦਾ ਖਾਸ ਕਰਕੇ ਰੱਖਿਆ ਜਾ ਰਿਹਾ ਹੈ ਬੱਚਿਆਂ ਨੇ 마ਸਕ ਪਾਏ ਜਿੰਨਾਂ ਕੋ ਮਾਸਕ ਨਹੀਂ ਹੈਗੇ ਉਹਨਾਂ ਨੇ ਆਪਣੇ ਮੂੰਹ ਤੇ ਰਮਾਲ ਨਾਲ ਟਕੇ ਹੋਇਆ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਕਿ ਜਿਹੜਾ ਜਿਵੇਂ ਕਿ ਬੋਰਡ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਜੇਕਰ ਕਿਸੇ ਕਮਰੇ ਦੇ ਵਿੱਚ ਬੱਚੇ ਵੱਧ ਜਾਂਦੇ ਹਨ ਤਾਂ ਉਹਨਾਂ ਨੂੰ ਬਾਹਰ ਬੈਠਣ ਦਾ ਪ੍ਰਬੰਧ ਕੀਤਾ ਜਾਵੇ ਵਾਰੰਡਾ ਸਕੂਲ ਦੇ ਵਾਰੰਡਾ ਦੇ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਜਾਵੇ ਜਿਵੇਂ ਕਿ ਹੁਣੇ ਅਸੀਂ ਬੱਚਿਆਂ ਨਾਲ ਵੀ ਗੱਲ ਕੀਤੀ ਸੀ ਤੇ ਜਿਹੜੇ ਇੱਥੇ ਅਧਿਆਪਕ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਕਿ ਜਿਹੜੀਆਂ ਆਫਲਾਈਨ ਪ੍ਰੀਖਿਆ ਜੋ ਜਾਣਕਾਰੀ ਮਿਲੀ ਹੈ ਕਿ ਇੱਥੇ ਦੋ ਸ਼ਿਫਟਾਂ ਦੇ ਵਿੱਚ ਜਿਹੜੇ ਪੇਪਰ ਹੋਣਗੇ ਜਿਹੜੀ ਪਹਿਲੀ ਸ਼ਿਫਟ ਆ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗੀ 20 ਮਿੰਟ ਦਾ ਗੈਪ ਹੋਵੇਗਾ ਫਿਰ 12:20 ਤੋਂ ਲੈ ਕੇ 3:20 ਤੱਕ ਦੂਸਰੀ ਸ਼ਿਫਟ ਵਿੱਚ ਬੱਚਿਆਂ ਦੇ ਪੇਪਰ ਹੋਣਗੇ ਸੋ ਅਸੀਂ ਤੁਹਾਨੂੰ ਲਗਾਤਾਰ ਪਲ-ਪਲ ਦੀ ਜਾਣਕਾਰੀ ਭਵੇਂ ਕਰੋਨਾ ਭਵੇਂ ਹੋਰ ਖਬਰਾਂ ਅਜੀਤ ਵੈਬ ਟੀਵੀ ਜਿਹੜੀ ਲਗਾਤਾਰ ਦਿਖਾਉਂਦੇ ਰਹਾਂਗੇ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢੱਲੋਂ ਅਨਾਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਸਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ